पीछे हो जाए सब दादी, पीछे हो जाए। हेलो भाई पीछे हो जाए, बोलो वाहिगुरु जी का खालसा वाहिगुरु जी की फतेह। जिदा तुसी वेख सकते हो कि ट्रेन पहुंच चुकी है, उन्होंने अपनी मर्जी ना लियाना, तुसी अपना है लाओ। बच्चे खड़े हैं ना सही, हर कोई मोबाइल भर रहा है, देखो ट्रेन है सही। ट्रेन जो के पहुंच चुकी है, तुसी वेख सकते हो ट्रेन राही नगर कीर्तन जो के कराची तो आ रहे ने, जो के 24 आवर का जड़ा ना रस्ता वा ते बड़े धूम धाम नाल कर नगर कीर्तन आ रहे है जी। जो तुसी ट्रेन वेख सकते हो स्पेशल ट्रेन जो कि कराची तो आ रही है, जो कि नगर कीर्तन की शक्ल दे विच कराची तो आए ने। वाहेगुरु जी दर्शन करो जी, सारे दर्शन करो जी। वाहेगुरु
समूह सिंध निवासी संगता सिंध बलोचिस्तान पूरे पाकिस्तान तो पूरी दुनिया तो ननकाणा साहब के पवित्र तल से आईया हुई समूह संगता गवर्नमेंट ऑफ पाकिस्तान वालों पाकिस्तान सिख गुरुद्वारा प्रबंधक कमेटी वालों ननकाणा साहब समूह संगत वालों आप जी को गुरु नानक पातशाह के पवित्र धरती से दिल्ली गा रहे हैं तो जी आई आखते हाँ जी मैं जिड़िया संगत विशेष तौर पर सिंध की गल करा बलोचिस्तान की जिहड़ा इन्हें वड्डे पद्धर दे उत्ते इन्हां महान नगर कीर्तन का प्रबंध करके ये वधाई दे पात्र हैं असी इन्हां दा ये याद दहानी ये इन्हां नूं ये यकीन दहानी कराना चाहते हाँ कि जो इन्होंने उपराला किया है ये इतिहास के पन्नियां विच सुनहरी लफ्ज़ां नाल लिखा जाएगा मैं सरदार रमेश सिंह खालसा उन्होंने समूह टीम समूह जथेदार सेवादार उन्होंने वधाई पेश करता हाँ कि गुरु नानक देव जी पातशाह दे साढ़े 500 साल गुरपुरब न इस तरीके का मनाना करके ये पाकिस्तान की तहरीक दे विच और सिख हिस्ट्री दे विच पहली दफा होया है कि संगत इन्हें हम आ के नगर कीर्तन रूप दे विच ननकाणा साहब पहुंचिया भाई अनुलाल जिहड़े सेंटर ने उन्हां दा भी उन्हां दा बहुत सहयोग है गुरु महाराज उन्हां दी सेवा लेखे लावे समूह संगत जिहड़ियां दूर दरेड़ियां तो आईया हन पाकिस्तान सिख गुरुद्वारा प्रबंधक कमेटी वालों असीं उन्हां नूं जी आया आखदे हां ननकाणा साहिब दीआं समूह संगत इत्थे पहुंचीआं हन ओह वी इन्हां नूं जी आया आखदे हन वाहिगुरु जी का खालसा वाहिगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਮੂਹ ਸੰਗਤਾਂ ਦੇ ਚਰਨਾਂ ਦੀ ਬੇਨਤੀ ਹੈ ਕਿ ਬਹੁਤ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਆ ਰਹੀਆਂ ਨੇ ਜਿਹੜੀਆਂ ਸੰਗਤਾਂ ਰਸਤੇ 'ਚ ਨੇ ਬਹੁਤ ਕਿਰਪਾ ਕਰਕੇ ਥੋੜ੍ਹਾ ਥੋੜ੍ਹਾ ਸਾਈਡ 'ਤੇ ਹੋ ਤਾਂ ਕਿ ਸੰਗਤਾਂ ਜਿਹੜੀਆਂ ਨੇ ਉਹ ਮਹਾਰਾਜ ਜੀ ਦੇ ਦਰਸ਼ਨ ਕਰ ਸਕਣ ਰਸਤੇ ਵਿੱਚ ਜਿੱਦਾਂ ਮੱਥਾ ਟੇਕਣ ਵਾਲੀ ਜਗ੍ਹਾ ਨੂੰ ਜਿਹੜਾ ਉਹ ਖਾਲੀ ਕੀਤਾ ਜਾਵੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਪਾਕਿਸਤਾਨ ਸਿੱਖ ਕੌਂਸਲ ਸਰਦਾਰ ਰਮੇਸ਼ ਸਿੰਘ ਜੀ ਖਾਲਸਾ ਸਰਬੰਸ ਦਾ ਪਹਿਲਾ ਜੱਥਾ ਔਰ ਗੁਰੂ ਨਾਨਕ ਦਰਬਾਰ ਕਰਾਚੀ ਦੀਆਂ ਸਮੂਹ ਸੰਗਤਾਂ ਸਿੰਘ ਦੀਆਂ ਸੰਗਤਾਂ ਬਲੋਚਿਸਤਾਨ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਨਕਾਣਾ ਸਾਹਿਬ ਵਿਖੇ ਪਹੁੰਚੀਆਂ ਨੇ ਹੋਰ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ 'ਚ ਆਏ ਨੇ ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹਨਾਂ ਚਰਨਾਂ ਦੀ ਬੇਨਤੀ ਹੈ ਗੁਰੂ ਪੰਜਾਂ ਪਿਆਰਿਆਂ ਦਾ ਸਤਿਕਾਰ ਨਾਲ ਮੁੱਖ ਰੱਖਦੀਆਂ ਹੋਇਆਂ ਵਾਹਿਗੁਰੂ ਦੀ ਕਿਰਪਾਲਤਾ ਕਰਨ ਸਤਿ ਨਾਮ ਵਾਹਿਗੁਰੂ
ਵੀ ਆਪ ਸਾਨੂੰ ਪਤਾ ਹੈ ਕਿ ਬਾਲ ਸੰਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੀਆਂ ਨੇ। ਉਹਦੇ ਨਾਲ ਨਾਲ ਇਹ ਸਕਿਉਰਟੀ ਅਦਾਰੇ ਵੀ ਜਿਸ ਰੂਟ ਤੋਂ ਨਗਰ ਕੀਰਤਨ ਸਾਹਿਬ ਦੀ ਪਾਲਕੀ ਜਿਹੜੀ ਵਾਪਸ ਜਾਣੀ ਹੈ ਉਸ ਰੂਟ ਨੂੰ ਵੀ ਕਲੀਅਰ ਕਰ ਰਹੇ ਨੇ ਕਿ ਜਿਵੇਂ ਹੀ ਬਾਹਰੋਂ ਇਤਲਾਹ ਮਿਲਦੀ ਹੈ ਉਸਦੇ ਨਾਲ ਹੀ ਰਸਤਾ ਸੋਧਿਆ ਜਾਏਗਾ। ਜਦੋਂ ਤੱਕ ਬਾਹਰੋਂ ਜਿਹੜੀਆਂ ਸੰਗਤਾਂ ਮੱਥਾ ਟੇਕ ਰਹੀਆਂ ਨੇ ਉਹ ਕਿਰਪਾ ਕਰਕੇ ਔਰ ਬਾਹਰ ਵੀ ਜਿਹੜੀਆਂ ਸੰਗਤਾਂ ਇਸ ਆਵਾਜ਼ ਨੂੰ ਸੁਣ ਰਹੀਆਂ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਗੱਲਾਂ ਬਾਤਾਂ ਬੰਦ ਕਰਕੇ ਦੋਵੇਂ ਜੋੜ ਕੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪੈ ਅਰਦਾਸ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ
ਦੇਖ ਦੇਖ ਫਤਿਹ ਵਿਰੁੱਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਬ੍ਰੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਕਾਲ ਧਰਮ ਕਾ ਜੇ ਕਾਲ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਫਤ ਕਾ ਰਾਖਾ ਆ ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀਓ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਸਤਿਗੁਰੂ ਕਰੀਬ ਨਿਵਾਜ ਨੀਚਾ ਅੰਦਰ ਨੀਚ ਜਾਤ ਨੀਚੀ ਹਿੰਮਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂਕਿਆ ਰੀਸ ਜਿੱਥੇ ਨੀਚ ਸਮਾਨੀਆਂ ਜਿੱਥੇ ਨਜ਼ਰ ਤੇਰੀ ਬਖਸ਼ੀਸ਼ ਐਸੇ ਸਤਿਗੁਰੂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਫਲੋਆ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਵਿਖੇ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀਆਂ ਪਾਰ ਬਖਸ਼ਿਸ਼ਾਂ ਰਹਿਮਤਾਂ ਸਦਕਾ ਆਪ ਜੀ ਵੱਲੋਂ ਬਖਸ਼ੇ ਹੋਏ ਉੱਤਮ ਉਪਰਾਲੇ ਸੁਮਤ ਸਦਕਾ ਕਰਾਚੀ ਤੋਂ ਪਾਕਿਸਤਾਨ ਸਿੱਖ ਕੌਂਸਲ ਸਰਬੱਤ ਦਾ ਭਲਾ ਜੱਥਾ ਗੁਰੂ ਨਾਨਕ ਦਰਬਾਰ ਕਰਾਚੀ ਸਿੰਧ ਬਲੋਚਿਸਤਾਨ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸਪੈਸ਼ਲ ਟ੍ਰੇਨ ਰਾਹੀਂ ਕਰਾਚੀ ਤੋਂ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਪ੍ਰੰਭ ਕੀਤੇ ਗਏ ਸਨ ਆਪ ਜੀ ਨੇ ਅਪਾਰ ਬਖਸ਼ਾਂ ਰਹਿਮਤਾਂ ਕੀਤੀਆਂ ਨੇ ਸੱਚੇ ਸਤਿਗੁਰ ਸਾਹਿਬ ਜੀਓ ਨਿਰਬਗਨਤਾ ਸਾਹਿਬ ਨਗਰ ਕੀਰਤਨ ਨਨਕਾਣਾ ਸਾਹਿਬ ਪਹੁੰਚੇ ਨੇ ਆਪ ਜੀ ਨੇ ਬਖਸ਼ਾਂ ਕਰਕੇ ਰਸਤੇ ਵਿੱਚ ਸੰਗਤਾਂ ਪਾਸੋਂ ਰੁਪੀ ਬਾਣੀ ਦੇ ਕੀਰਤਨ ਸੇਵਾਵਾਂ ਲਿੱਤੀਆਂ ਨੇ ਜਿਨ੍ਹਾਂ ਜਿਨ੍ਹਾਂ ਮਾਈਆਂ ਭਾਈਆਂ ਨੇ ਆਪ ਜੀ ਦੇ ਦਰ 'ਤੇ ਭੇਟਾਂ ਕੀਤੀਆਂ ਨੇ ਕੀਰਤਨ ਰਾਹੀਂ ਹੋਰ ਵਿਅੰਗ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਨੇ ਸਭ ਦੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਘੜੀਆਂ ਲੇਖੇ ਲਾਉਣੀਆਂ ਸੱਚੇ ਸਤਿਗੁਰੂ ਜੀਓ ਸ੍ਰੀ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਕਮਾ ਅਕਾਬ ਔਰ ਡਿਸਟ੍ਰਿਕਟ ਦੀ ਇੰਤਜ਼ਾਮੀਆਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦੇ ਲਈ ਸੱਚੇ ਸਤਿਗੁਰ ਜੀਓ ਇਸਤਕਬਾਲੀ ਕੈਂਪ ਲਗਾਏ ਗਏ ਨੇ ਸੰਗਤਾਂ ਬੜੇ ਚਾਅ ਉਮੰਗ ਦੇ ਨਾਲ ਆਪਣੇ ਗੁਰਸਿੱਖ ਭਾਈਆਂ ਨੂੰ ਸੱਚੇ ਸਤਿਗੁਰ ਜੀਓ ਆਪ ਜੀ ਨੂੰ ਲੈਣ ਲਈ ਪਹੁੰਚੀਆਂ ਨੇ ਆਪ ਜੀ ਆਪਣਾ ਮੇਲ ਪ੍ਰਯਾਸ ਰੱਖ ਕੇ ਇਹ ਨਗਰ ਕੀਰਤਨ ਹੁਣ ਗੁਰਦੁਆਰਾ ਸ੍ਰੀ ਜਨਮ ਸਥਾਨ ਵਿਖੇ ਲਿਜਾਣ ਦੀ ਕਿਰਪਾਲਤਾ ਬਖਸ਼ੋ ਨਿਸ਼ਾਨਚੀ ਸਿੰਘ ਪੰਜ ਪਿਆਰੇ ਸਹਿਬਾਨ ਸੰਗਤਾਂ ਪਹੁੰਚੀਆਂ ਨੇ ਸਭ ਦੀਆਂ ਹਾਜ਼ਰੀਆਂ ਕਰ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਸਾਡੀਆਂ ਜਾਣ ਕੇ ਮਾਫ਼ੀ ਬਖਸ਼ਣੀ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਸਤਿਗੁਰਾਂ ਆਖਿਆ ਪਈ ਅਕਾਲ ਕੀ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਭ ਕੋ ਮਿਲਵੋ ਚਹਾਂ ਰਾਜ ਕਰੇਗਾ ਖਾਲਸਾ ਵਾਹਿਗੁਰੂ ਨਾਮ ਜੋ ਹਾਜ਼ਰ ਹੈ ਜੋ ਸ਼ਰਧਾ ਕਰਸੇ ਮਦੇ ਖੜਾ ਜੋ ਕੇ ਹੱਥ ਮੈਂ ਤੂੰ ਹਮਰੀ ਰੱਖਿਆ ਕਰੇ ਤੂੰ ਹਮਰੀ ਰੱਖਿਆ ਕਰੇ ਸਾਰੀ ਸੰਗਤ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਮਹਾਰਾਜ ਤੋਂ ਪਿੱਛੇ ਆਉਣ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਪਿੱਛੇ ਆ ਜਾਣ ਸਤਨਾਮ ਵਾਹਿਗੁਰੂ ਦਰਵਾਜ਼ਾ ਖੋਲੇ ਇੱਕ ਮਿੰਟ ਇੱਧਰ ਸੀ ਇੱਧਰ ਅੱਛਾ
नेट शेयर करने में एंड हो रहा है।